ਸਾਡੇ ਯੂਟਿਊਬ ਚੈਨਲ ਦੇ ਪਿਓ ਮਿੱਠੇ ਬੋਲ ਸਰਾਇਕੀ ਦੇ ਅੱਜ ਸਾਡੇ ਦੋ ਸਾਰੇ ਦੇਰੇ ਤੇ ਆ ਗਏ ਤੇ ਸਾ ਅੱਜ ਉਹਦੇ ਰਕਬੇ ਦੇ ਵੇਸੋ ਪੈਦਲ ਬਲਕਿ ਸਾਈਕਲ ਮੋਟਰ ਮੇਰੇ ਦੇਰੇ ਤੇ ਖੜੀ ਕੀਤੀ ਅਸ ਤੇ ਸਾ ਚੱਲਦੇ ਪਏ ਹੁੰਦੇ ਰਕਬੇ ਤੇ ਕੱਲ੍ਹ ਪਾਣੀ ਦੇ ਕੁਝ ਦੀਦਲ ਵਿਦਲ ਡੇ ਆਏ ਤੇ ਅੱਠੇ ਤੇ ਇਤਬਾਰ ਮੁਸ਼ਕਿਲ ਨਾਲ ਹੈ ਤੇ ਅੱਜ ਹੁਣ ਮੈਂ ਕੋਈ ਝੀਲਾਂ ਹੁੰਦੇ ਤੇ ਤਾਂ ਕੋਈ ਕਪਾਟ ਖੇਵੇ ਚਲੋ ਸਾਰੇ ਹਮਸਾਇ ਵੀ ਕਪਾਟ ਪਹਿਲਾਂ ਹੋਇਆ ਚੁਣ ਗਏ ਮਾਸ਼ਾਅੱਲਾ ਪਹਿਲਾ ਹੋਇਆ ਸੁਣ ਕੇ ਤੇ ਦੂਜਾ ਹੋਇਆ ਤ੍ਰਿੜਿਆ ਪਏ ਤੇ ਸਫੈਦ ਮੱਖੀ ਦੀ ਗਾਣ ਗਾਣ ਹਿੱਸ ਪਈ ਤੇ ਅਸਾਂ ਹੁਣ ਪੈਦਲ ਸਫ਼ਰ ਕਰੇ ਨੇ ਮੈਂ ਦੁਆਈਆਂ ਦੋਸਤ ਤੇ ਇਹਨੇ ਰੱਖ ਪਏ ਤਾਂ ਕਦੇ ਖਾਉਂਦੀ ਕਪਾਹ ਕੱਲ ਪੀ ਤੇ ਪਿਲਾਈ ਨੇ ਜਾਂ ਨਿੰਨੇ ਪਿਲਾਈ ਤੇ ਸਾਡੀ ਵੀਡੀਓ ਦੇ ਨਾਲ ਜੁੜੇ ਰਸ ਵੀ ਬਾਰੇ ਤਾਂ ਕੁਛ ਤਿਲਾਂ ਦੀ ਫਸਲ ਲਿਖੇ ਨੇ ਜਲੂ ਤਿਲ ਲੱਗੇ ਪੈਣ ਮਾਸ਼ਾਅੱਲਾ ਇਹੀ ਸਾਰੇ ਤਿਲ ਰਹਿੰਦੇ ਪੈਣ ਇਹੋ ਸਾਗੂ ਪੈਦਲ ਸਜ਼ਾ ਦਿੱਤੀ ਅਤੇ ਪੈਦਲ ਚਲਦੇ ਸਕਦੇ ਰਕਬੇ ਦੇ ਵੇਸੋ ਰਕਬਾ ਕਮ ਅਜ਼ ਕਮ ਥੋੜ੍ਹਾ ਅੱਗੂ ਤੇ ਵੀਰ ਸਾਹਿਬ ਭਿੰਡੀਆਂ ਡੇਗ ਸਕਦੇ ਹੋ ਭਿੰਡੀਆਂ ਦੀ ਫਸਲ ਸਾਰੇ ਹਮਸਾ ਸਿਖਾਣੀ ਹੈ ਰਜਬ ਸਿਖਾਣੀ ਕਿਆ ਹੀ ਖੂਬ ਫਸਲ ਦੀ ਕਿਆ ਕਿਆ ਹੀ ਇਹ ਕਹੇ ਕਨਾਲ ਹੈ ਕਿਆ ਨਜ਼ਾਰਾ ਖੂਬਸੂਰਤ ਇਤਿਹਾਸ ਹੈ ਆਪਣੀ ਫਸਲ ਆਪਣੀ ਭਿੰਡੀਆਂ ਆਪਣੀ ਦੇਸੀ ਸਬਜ਼ੀ ਕੋਈ ਮੇਰੇ ਅੱਗੂ ਅੱਗੂ ਤੇ ਮਾਏ ਦੇ ਪਿੱਛੂ ਪਿੱਛੂ ਕਤਾਰਿਆ ਵਧਾਈਆਂ ਉੱਠਲੀ ਕਰ ਮਹਾਰ ਜਿਵੇਂ ਕਤਰੀ ਦੀ ਉੱਠਦੀ ਅਤੇ ਮਾਸ਼ਾਅੱਲਾ ਕਪਹੀ ਦੇ ਤਾਂ ਜ਼ਬਰਦਸਤ ਸੀਜ਼ਨ ਬਣਸੇ ਰੇਟ 9000 ਤੱਕ ਹੈ ਕਪਾਹ ਦਾ ਅਤੇ ਕਪਹੀ ਜੇਠਾਂ 'ਤੇ ਆ ਗਏ ਅਤੇ ਇਹ ਵੀ ਮਾਸ਼ਾਅੱਲਾ ਅੱਠਾ ਡਾਢਾ ਵੀਹ ਗੋਗੜੇ ਲੱਗੇ ਪਰ ਇਹਨਾਂ ਕੋਲ ਇਹ ਹੁਣ ਇਤਨਾ ਸਾਕੂ 5-6 ਏਕੜ ਸਾਕੂ ਪੈਦਲ ਟੁਰਵਾਇਸ ਗਰਮੀ ਦੇ ਵਿੱਚ ਗਰਮੀ ਜ਼ੋਰ ਦੀ ਥੀ ਨਿਕਲੀ ਹੈ ਬਦਲ ਵੀ ਮੌਸਮ ਵੀ ਜ਼ਬਰਦਸਤ ਬਣਦਾ ਜੁੜਦਾ ਉਹਦੇ ਬਦਲ ਆਏ ਬਦਲ ਕਈ ਵੇਲੇ ਛਾਂ ਥੀ ਵੀ ਅਤੇ ਕਈ ਵੇਲੇ ਧੁੱਪ ਥੀ ਹੁੰਦੀ ਸਾਵਣ ਦਾ ਮਹੀਨਾ ਅਤੇ ਮੁਹਰਮ ਔਰ ਹਰਾਮ ਦੀ ਮੇਰੇ ਖਿਆਲ 'ਚ ਤਰੇ ਤਰੀਕੇ ਮੁਹਰਮ ਦੀ ਤਰੇ ਚਾਰ ਹੈ ਮੁਹਰਮ ਹਾਂ ਮੁਹਰਮ ਦੀ ਤਰੇ ਚਾਰ ਹੈ ਅੱਜ ਵੀ ਵਾਰ ਤੁਸੀਂ ਦੇਖ ਸਕਦੇ ਹੋ ਕਰਕੇ ਪਾ ਕੋ ਫਲ ਲੱਗਾ ਪਏ ਅਤੇ ਇਹਦੀ ਕਪਾਹ ਦੇ ਸਾਂ ਪਹੁੰਚ ਕੇ ਵਾਰ ਅਸਾਂ ਛਾਂ ਦੇ ਆਸਰਾ ਨਹੀਂ ਕੀਤੇ ਸੀ ਗਰਮੀ ਜ਼ਿਆਦਾ ਹੈ ਅਤੇ ਜਵਾਨ ਦੇ ਪਿਓ ਕਿ ਉਹ ਪਾਸੇ ਕੀ ਬਣੇ ਅਤੇ ਕਪਾਹ ਕੋ ਪਾਣੀ ਲੱਗਾ ਪਿਆ ਅਤੇ ਫਸਲ ਬਿਲਕੁਲ ਵੀ ਅੱਛੀ ਹੈ ਪਤਾ ਨਹੀਂ ਹੈ ਕਪਾਹ ਕੋ 50-50 60-60 ਗੋਗੜਾ ਲੱਗਾ ਪਏ ਟਿੰਡੇ ਲੱਗੇ ਪਏ ਮਾਸ਼ਾਅੱਲਾ ਅੱਲਾ ਨਸੀਬ ਕਰਾਵੇ ਅਤੇ ਸਾ ਕੋਈ ਜਿਹੜੀ ਟਿਪ ਦਿੱਤੀ ਹੈ ਉਹ ਉਦਾਹਰਣ ਦੀ ਉਤਰ ਹੈ ਅਤੇ ਅਸਾਂ ਇਹਦੀ ਕਪਾਹ ਦੇ ਅਤੇ ਹੁਣ ਛਾਂ 'ਤੇ ਅਗੜਿਆ ਅਤੇ ਟਾਲੀ ਦੇ ਕਿ ਥੋੜ੍ਹਾ ਸਾਹ ਕੱਢ ਕੇ ਨੂੰ ਗਰਮੀ ਲੱਗੀ ਹੋਈ ਹੈ ਪਸੀਨਾ ਜ਼ੋਰ ਦੇ ਪੈਦਲ ਸਫ਼ਰ ਕਰਾਇਆ ਸੀ ਰਸਾ ਜਵਾਨ ਦੀ ਕਪਾਹ 'ਤੇ ਪਹੁੰਚ ਗਿਆ ਸੀ ਅਤੇ ਮਾਸ਼ਾਅੱਲਾ ਪਾਣੀ ਤਾਂ ਇੱਕੋ ਲੱਗਾ ਪਏ ਇਹੋ ਕੁਝ ਹੀ ਦੇਖਣ ਆਇਆ ਹਾਂ ਕਿ ਪਾਣੀ ਲੈਣੇ ਨਹੀਂ ਜਾਂ ਨਹੀਂ ਲਾਇਆ ਇਹਨੇ ਕਪਾਹ ਕੋ ਵੀ ਫਲ ਲੱਗਾ ਪਏ ਗੋਗੜੇ ਲੱਗੇ ਫਿਰ ਮਾਸ਼ਾਅੱਲਾ ਤਾਰ ਕਪਾਹ ਹੈ ਇਹਦੀ ਅਲਾਈ ਕੋ ਨਸੀਬ ਕਰਾਵੇ ਅਤੇ ਮਾਸ਼ਾਅੱਲਾ ਜਾ ਅਠਾਈ ਦਾ ਇਹਦਾ ਪਾਣੀ ਲਾ ਕੇ ਕੱਲ੍ਹ ਦੀ ਦਲ ਡੇ ਗਏ ਅਸੀਂ ਸ਼ਾਮ ਕੋ ਅਤੇ ਇੱਕ ਸਵੇਰੇ ਚਿੰਤਾ ਹਾ ਕੇ ਰੜ ਪੀਤੀ ਜਾਂ ਨਹੀਂ ਪੀਤੀ ਅਤੇ ਮੇਰੇ ਦੇਰੇ 'ਤੇ ਆ ਗਏ ਉੱਥੋਂ ਮੇਰੇ ਕੋਲ ਨਾਲ ਕਰਤੇ ਪੈਦਲ ਮੋਟਰਸਾਈਕਲ ਉੱਥੋਂ ਮੇਰੇ ਦੇਰੇ 'ਤੇ ਛੋੜੀ ਅਸ ਪਾਣੀ ਲੱਗਾ ਪਿਆ ਮਾਸ਼ਾਅੱਲਾ ਠੀਕ ਹੈ ਜ਼ਬਰਦਸਤ ਕਪਾਹ ਕਈ ਵਾਰ ਅਸਾਂ ਇਹਦੀ ਕਪਾਹ ਡੇ ਅਤੇ ਮੈਂ ਤਾਂ ਨਹੀਂ ਵੇਦਾ ਉਹ ਆਪ ਫਿਰਦਾ ਵਧੇ ਤਾਂ ਕੁੜੀ ਖਾਉਂਚਾ ਉਹ ਕਰੋ ਉਹਦੇ ਅਤੇ ਅਸਾਂ ਜਿਹੜੇ ਇਲਾਕੇ 'ਚ ਆਏ ਵਧੇ ਅਸੀਂ ਮੌਜਾ ਬਖਤ ਅਲੀ ਇਹਦਾ ਨਾਂ ਹੈ ਅਤੇ ਪਿਛਲੇ ਪਾਸੇ ਮੈਂ ਦੇਖ ਸਕਦੇ ਕਿ ਆਬਾਦੀ ਹੈ ਇਹ ਮੌਜਾ ਬਖਤ ਅਲੀ ਹੈ ਅਤੇ ਇਹ ਰਕਬੇ ਸਾਰਾ ਇੱਕੋ ਹੀ ਹੈ ਅਵਾਨ ਆਬਾਦੀ ਇੱਥੇ ਕਰਮ ਹੈ ਵੀ ਸਿਖਾਣੀ ਵੀ ਹਨ ਲਾਸ਼ਾਰ ਵੀ ਹਨ ਅਤੇ ਸੈਯਦ ਮੁਹੰਮਦ ਹਸਨ ਸ਼ਾਹ ਦਾ ਰਕਬਾ ਵੀ ਇਹ ਪਾਸੇ ਤੋਂ ਲਿਖਦੇ ਪਿਓ ਹੁੰਦਾ ਕੋਠੇ ਸਾਹਮਣੇ ਅਤੇ ਇਹ ਥਾਂ ਕਰ ਇਹ ਆਬਾਦੀਆਂ ਮੌਜੂਦ ਹਨ ਅਤੇ ਖੁਸ਼ ਆਬਾਦ ਇਲਾਕਾ ਹੈ ਔਰ ਖੁਸ਼ਹਾਲੀ ਵਾਲਾ ਇਲਾਕਾ ਹੈ ਔਰ ਦਰਾਈ ਰਕਬੇ ਹਨ ਇੱਥਾਂ ਪਾਣੀ ਇੰਨੇ ਕੋਲ ਨਹਿਰੀ ਲੱਗਦੇ ਅਤੇ ਬਿਰਾ ਦਾ ਨਹਿਰੀ ਵੀ ਲੱਗਦੇ ਅਤੇ ਨਾਲ ਡੀਜ਼ਲ ਵੀ ਇਸਤੇਮਾਲ ਕੀਤੇ ਇਹਦਾ ਬੋਰ ਸ਼ੋਰ ਅਤੇ ਆਪਣਾ ਕਹਿ ਨਹੀਂ ਬਹਿਰਾਲ ਗੁਜ਼ਾਰਾ ਕਰਨ ਦੇ ਕਈ ਹਮਸਾਇ ਕੋਲੋਂ ਬੋਰ ਚਲਾ ਦੇ ਮੈਂ ਹਸਪਤਾਲ ਦੇ ਫੌਜ ਸਾਹਿਬ ਤੇਰਾ ਕਰੀ ਦੋਸਤੇ ਅਤੇ ਖੁਸ਼ ਥਿਆਗੜੇ ਕਿ ਪਾਣੀ ਜੱਟ ਪਿਲਾ ਗਏ ਇਸ ਜ਼ਿੰਮੇਦਾਰ ਇਵੇਂ ਹੁਣ ਰਾਤ ਕੁੰਨੇ ਤਾਂ ਨਿੰਨੇ ਆਉਂਦੀ ਅਤੇ ਸਾਰੇ ਚੌਖੜ ਚਾਹੀਦੇ ਉਹਨਾਂ ਨੂੰ
ਇਹ ਮਿਹਰਬਾਨੀ ਹੈ ਇਹਦੀ, ਹੁਣ ਸਾਕੂ ਵਾਪਸ ਬੁਲਾ ਜੁਲ ਦੋ ਜਾਂ ਕੋਈ ਹੈ ਕੋਈ ਦੌਰ ਆ ਜਾ ਦੋ ਕਿਤੇ ਚਲੋ ਥੱਕਾ ਕਰੇ ਸਰ ਵੀਵਰ ਇਹ ਥੱਕ ਗਏ ਜਾਟਕੀ ਦੇ ਔਖੀ ਬਣਦਾ ਲੈ ਇਹਦੇ ਜੱਟ ਲੋਕ ਅਸਾਂ ਬਰਦਾਸ਼ਤ ਕਰਦੇ ਰਹੇ ਉਹਨੂੰ ਇਹ ਕਿੱਤਾ ਸ਼ਾਰੀ ਬੱਚੇ ਇਹ ਚੱਲਦੇ ਬਹਿ ਵਾਪਸੀ ਪੈਦਲ ਸਾਕੂ ਮੌਸਮ ਦੇ ਹਾਲਾਤ ਵੀ ਨਾਲ ਲਿਖਦੇ ਜਲੋ ਸਾਵਣ ਮਹੀਨੇ ਦੇ ਬਦਲ ਦੇਖ ਸਕਦੇ ਹੋ ਕਿ ਛਾਂ ਕਿਤੇ ਵਧਣ ਚਾ ਖੂਬਸੂਰਤ ਲੁਕੇ ਇਹ ਪਾਸੇ ਸਾਰੇ ਹੀ ਮਗਰਬ ਸਾਈਡ 'ਤੇ ਬਦਲ ਹਨ ਸਾਰੇ ਅਤੇ ਛਾਂ ਦੇਖ ਸਕਦੇ ਤੁਸੀਂ ਇਹ ਛਾਂ ਕਰ ਦਿੱਤੀ ਹੈ ਬਦਲ ਸੂਰਜ 'ਤੇ ਆ ਗਏ ਸੂਰਜ ਇਹ ਇਹ ਬਦਲ ਦੇ ਵਿੱਚ ਛੁਪਿਆ ਹੋਇਆ ਤੁਸੀਂ ਇਹਦਾ ਦੇਖ ਸਕਦੇ ਹੋ ਨਜ਼ਾਰਾ ਚਾ ਹੀ ਰੰਗ ਹੈ ਹਰ ਪਾਸੇ ਛਾਂ ਥੀਗੀ ਅਤੇ ਹੁਣ ਸੂਰਜ ਸਿਰ ਕੱਢੇ ਨਾ ਪਵੇ ਇਹ ਰਹਿਵੇ ਨਹੀਂ ਆਈਓ ਬਦਲ ਲੱਗ ਰਿਹਾ ਛਾਂ ਤਾਂ ਕਿਤੇ ਜ਼ਰਾ ਜਿਸ ਤਰ੍ਹਾਂ ਲੱਗਦਾ ਸਾ ਸਫ਼ਰ ਕਰਨੇ ਅਤੇ ਵੀਰਾ ਸਾਡਾ ਮਸਰੂਫ ਸੀਗੇ ਟੈਲੀਫੋਨ 'ਚ ਪਰਚੂਨ ਦੀ ਦੁਕਾਨ ਦਾ ਕੰਮ ਇੱਥੇ ਹੀ ਕਰਦੇ ਰਹੇ ਉਹਦੇ ਸੌਦੇ ਸਲਾਫਸਨ ਮੋਬਾਈਲ 'ਤੇ ਦੇਣ ਰਹੇ ਉਹਦੇ ਹੁਣ ਅਸਾਂ ਵਾਪਸੀ ਸਫ਼ਰ ਕਰਨੇ ਪਿਓ ਅਤੇ ਜਵਾਨ ਦੀ ਕੰਡ ਦੇਖ ਸਕਦੇ ਹੋ ਹਾਂ ਹਾਂ ਜੀ ਲੋਦਾ ਮੇਰਾ ਵੀਰਾ ਤੇਰੀ ਮਿਹਰਬਾਨੀ ਜਿਹੜਾ ਸਫ਼ਰ ਲੈਂਡ ਕਰੋ ਦਰ ਅਤੇ ਕਰਵਾਈ ਲਗਾ ਜੋ ਕਿੰਨੇ ਪੈਸੇ ਸੋਚ ਸਾਰੇ ਦਾ ਮਕਾਨ ਐਂਡ 'ਤੇ ਪੁੱਜ ਗਏ ਮਿਸਤਰੀ ਉੱਤੇ ਉਹਦੇ ਪ੍ਰਾਜ 'ਤੇ ਕੀ ਹਾਲ ਹੈ ਭਾਈ ਖੈਰੀਅਤ ਅਸਾਂ ਆ ਗਏ ਆਪਣੇ ਬੈਠਕ 'ਤੇ ਪਹੁੰਚ ਗਿਆ ਅਤੇ ਸ਼ਾਮ ਤਾਂ ਬਹੁਤ ਸਾਰੇ ਫੇਰੇ 'ਤੇ ਚੰਗੇ ਯਾਰ ਕਿਉਂ ਤਾਂ ਕੁਝ ਥਕਾਏ ਹੋਏ ਹੁਣ ਤਾਂ ਕੁਝ ਚਾਹ ਪਾਣੀ ਨਹੀਂ ਕਿਸੇ ਬੰਦਾ ਮੌਕਾ ਦੇ ਰੋਟੀ ਬਣੀ ਘਰ ਕੀ ਹੋਇਆ ਦੇਣਾ ਰੋਟੀ ਦਾ ਦੇਖ ਸਕਦੇ ਹੋ ਇਹ ਸਾਰੇ ਨਾਲ ਅਸਾਂ ਇਹਦੇ ਨਾਲ ਵਿਗਾਰ ਮੁਕਤ ਜੀ ਅਤੇ ਪਰੇ ਤੱਕ ਹੀ ਇਹ ਹੁਣ ਹੀ ਮੁਕਤ ਇਹਦਾ ਇੱਕ ਤੁਸਾਂ ਕੋਲ ਸਮਝਾਓ ਅੱਜ ਬਹਿ ਦੋ ਮਿੰਟ ਬਹਿ ਰੋਟੀ ਬਣ ਲੈਂਦੀ ਖਾਲਾ ਖਾਦੇ ਵਾਲਾ ਤਾਂ ਪੁੱਛਿਆ ਤਾ ਦਾਲ ਕਿਨੇ ਕੁੱਟਵੇ ਨਹੀਂ ਜਾਣਾ ਹੁਣ ਬਹਿ ਇਹ ਜ਼ਾਲੀ ਨੂੰ ਨਾਲ ਕੀਤੀ ਇਸ ਤਰ੍ਹਾਂ ਦਾ ਵੀ ਵਾਰ ਰਸਤਾ ਦੀ ਵੀਡੀਓ ਅੱਛੀ ਲੱਗੀ ਤਾਂ ਸਬਸਕ੍ਰਾਈਬ ਕਰੋ ਤਾਂ ਬੈਲ ਆਈਕਨ ਜ਼ਰੂਰ ਦਬਾਓ ਇਜਾਜ਼ਤ ਦੇ ਦਿਓ ਅਸਾਂ ਦੋਸਤ ਵੀ ਇਜਾਜ਼ਤ ਦੇ ਦਿਓ ਅੱਲਾਹ ਹਾਫਿਜ਼